महत्व दिया पर्यावरण की रक्षा करो। बेसिकली अवेयरनेस नू लेके आपा एफर्ट कीता सीगा जिहनू अच्छा रिस्पॉन्स मिलिया। बट कितना लगता है कि लोग इतने अपना काम करने के? सो फर्स्ट ऑफ ऑल स्टूडियो तो बाहर निकल के आप शो कर रहे हैं है ना, उसका एक्सपीरियंस एक वक्रा होना। इतने जो तुम पेड़ लगाओगे किसी और छा देगा, तो ये चीज़ा सोचने वाली हैं। इस वेले NRI की टीम साढ़े कोल है, इस तो वड्डा हुंगारा, इस तो वड्डी अचीवमेंट की हो सकती है। सो सारे लिए एक बार क्लैपिंग होनी चाहिए जी। ਸਤਿ ਸ਼੍ਰੀ ਅਕਾਲ ਜੀ, ਦੇ ਸਾਈਡ ਆਫ ਬਿਗੇਸਟ ਐਂਡ ਯੂ ਗਾਇਜ਼ ਵਾਚਿੰਗ ਮੀ ਔਨ ਦ ਟੀਵੀ NRI ਐਂਡ ਅੱਜ ਅਸੀਂ ਜਲੰਧਰ ਦੇ ਸੰਵਿਧਾਨ ਚੌਂਕ ਜਿਹਨੂੰ ਕਿ BMP ਚੌਂਕ ਵੀ ਕਹਿੰਦੇ ਸੀਗੇ, ਅਤੇ ਸੰਵਿਧਾਨ ਚੌਂਕ ਦੇ ਵਿੱਚ ਅੱਜ ਇੱਕ ਰੇਡੀਓ ਜੋ ਇਨੀਸ਼ੀਏਟਿਵ ਕਰਦਾ ਆ ਰਿਹਾ, 7 ਦਿਨ ਤੋਂ ਇਨੀਸ਼ੀਏਟਿਵ ਕਰ ਰਹੇ ਨੇ, 7 ਦਿਨ ਤੋਂ ਜਿਹੜਾ ਰੇਡੀਓ ਸ਼ਿਫਟ ਹੋ ਰਿਹਾ ਹੈ ਇਹ ਸੰਵਿਧਾਨ ਚੌਂਕ ਤੋਂ ਹੋ ਰਿਹਾ, ਤੋ ਸੋ ਦੈਟ ਕਿ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਨੇ। ਤੁਸੀਂ ਦੇਖ ਸਕਦੇ ਮੇਰੇ ਪਾਸੇ, ਕਿਉਂਕਿ ਇਹਨਾਂ ਦਾ ਜਿਹੜਾ ਮਿਸ਼ਨ ਸੀਗਾ ਬੇਸਿਕਲੀ ਕਿ ਮਿਸ਼ਨ ਨੋ ਪੋਲਿਊਸ਼ਨ, ਸੋ ਉਸ ਨੂੰ ਲੈ ਕੇ ਜਨਤਾ ਨੂੰ ਜਾਗਰੂਕ ਕਰਨਾ ਅਤੇ ਜਨਤਾ ਤੱਕ ਜਾਣਾ। ਸੋ ਅੱਜ ਅਸੀਂ ਵੀ ਇਸ ਇਨੀਸ਼ੀਏਟਿਵ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਸੋ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਆਖਿਰਕਾਰ ਇਹ 7 ਦਿਨਾਂ ਦਾ ਜਿਹੜਾ ਪੂਰੇ ਦਿਨ ਇਹ ਸ਼ੋਅ ਕਰਦੇ ਰਹੇ ਨੇ, ਲੋਕ ਵੱਖ ਵੱਖ ਹੁੰਦੇ ਰਹੇ ਨੇ, ਕਿਹੋ ਜਿਹਾ ਐਕਸਪੀਰੀਅੰਸ ਰਿਹਾ। ਸੋ ਆ ਜਾਓ। ਸੋ ਸਾਡੇ ਨਾਲ ਅੱਜ ਉਹ ਤਿੰਨੋਂ ਆਰਜੀ ਨੇ ਜਿਹੜੇ ਕਿ 7 ਦਿਨ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਸੀਗੇ, ਮਿਸ਼ਨ ਨੋ ਪੋਲਿਊਸ਼ਨ, ਆਰਜੀ ਗੈਰੀ, ਆਰਜੀ ਰੀਤ ਐਂਡ ਆਰਜੀ ਬਿੰਦਾਸ ਵਿਕਾਸ। ਸੋ ਫਸਟ ਆਫ ਆਲ ਸਟੂਡੀਓ ਤੋਂ ਬਾਹਰ ਨਿਕਲ ਕੇ ਆਪਾਂ ਸ਼ੋਅ ਕਰ ਰਹੇ ਹਾਂ ਹੈ ਨਾ, ਉਹਦਾ ਐਕਸਪੀਰੀਅੰਸ ਇੱਕ ਵੱਖਰਾ ਹੋਣਾ। ਅੱਜ ਤਾਂ ਮੌਸਮ ਵੀ ਬੜਾ ਘੈਂਟ ਸੀਗਾ, ਇਹ ਤੋਂ ਪਹਿਲਾਂ ਗਰਮੀ ਸੀਗੀ। ਬਿਲਕੁਲ ਵੱਖਰਾ ਮਾਹੌਲ ਸੀਗਾ, ਪਹਿਲਾਂ ਗਰਮੀ ਸੀਗੀ, ਅੱਜ ਮੌਸਮ ਨੇ ਰੰਗ ਦਿਖਾਇਆ, ਚੰਗਾ ਰੰਗ ਦਿਖਾਇਆ। ਔਰ ਸਭ ਤੋਂ ਜ਼ਿਆਦਾ ਰੰਗ ਉਦੋਂ ਵਧੀਆ ਲੱਗਦਾ ਜਦੋਂ ਸਾਰੇ ਸ਼ਹਿਰ ਵਾਸੀ ਸਪੋਰਟ ਕਰਦੇ ਆ, ਜਲੰਧਰ ਦੀਆਂ ਅਥਾਰਟੀਜ਼ ਸਪੋਰਟ ਕਰਦੀਆਂ, ਥਿੰਕ ਗੈਸ ਮਿਸ਼ਨ ਨੋ ਪੋਲਿਊਸ਼ਨ। ਆਪਾਂ ਇੱਕ ਉਪਰਾਲਾ ਕੀਤਾ ਆਪਣੇ ਵੱਲੋਂ, ਆਪਾਂ ਐਫਰਟ ਕੀਤਾ, ਲੇਕਿਨ ਉਹਨੂੰ ਭਰਵਾਂ ਹੁੰਗਾਰਾ ਜਦੋਂ ਮਿਲਿਆ। ਇੱਦਾਂ ਲੱਗਦਾ ਕਿ ਹਰ ਮਹੀਨੇ ਆਪਾਂ ਨੂੰ ਇੱਦਾਂ ਦੀ ਚੀਜ਼ ਕਰਨੀ ਚਾਹੀਦੀ ਹੈ, ਇਸ ਨਾਲ ਨਾਲ ਲੋਕ ਅਵੇਅਰ ਹੁੰਦੇ ਆ। ਅਤੇ ਬੇਸਿਕਲੀ ਇਹ ਅਵੇਅਰਨੈਸ ਨੂੰ ਲੈ ਕੇ ਆਪਾਂ ਐਫਰਟ ਕੀਤਾ ਸੀਗਾ ਜਿਹਨੂੰ ਅੱਛਾ ਰਿਸਪੋਂਸ ਮਿਲਿਆ। ਮੈਮ ਤੁਹਾਡੇ ਅਕੋਰਡਿੰਗਲੀ ਕਿ ਕਿੰਨਾ ਕੁ ਇਫੈਕਟ ਹੋਏਗਾ ਜਾਂ ਲੋਕਾਂ 'ਤੇ ਕਿੰਨਾ ਕੁ ਫਰਕ ਪੈਣਾ ਹੈ? ਇਹ ਐਕਟੀਵਿਟੀ ਤੁਸੀਂ ਕੀਤੀ ਹੈ, ਹੋਰ ਵੀ ਚਲੋ ਆਪਾਂ ਕਰਦੇ ਵੀ ਹਾਂ ਨੋ ਡਾਊਟ, ਬਟ ਕਿੰਨਾ ਕੁ ਲੱਗਦਾ ਕਿ ਲੋਕ ਇੱਥੇ ਆਪਣਾ ਕੰਮ ਕਰਨਗੇ? ਮੈਂ ਇਹ ਚੀਜ਼ ਐਗਜ਼ਾਮਪਲ ਨਾਲ ਕਹੂੰਗੀ ਕਿ ਰੋਟੀ ਅਸੀਂ ਇੱਕ ਵਾਰ ਖਾ ਕੇ ਪੂਰੀ ਉਮਰ ਲਈ ਨਹੀਂ ਰੱਜ ਸਕਦੇ। ਸੋ ਅਸੀਂ ਆਪਣਾ ਜਿਹੜਾ ਕੰਮ ਹੈਗਾ ਅਵੇਅਰਨੈਸ ਜਾਰੀ ਰੱਖਾਂਗੇ। ਐਂਡ ਆਈ ਐਮ ਸ਼ੋਰ ਕਿ ਅਗਰ ਇੱਕ ਸਿੰਗਲ ਸ਼ਖਸ ਦੀ ਮੈਂ ਗੱਲ ਕਰ ਰਹੀ ਹਾਂ, ਅਗਰ ਉਹਦੇ ਉੱਤੇ ਵੀ ਪੂਰੀ ਐਕਟੀਵਿਟੀ ਇੰਪੈਕਟ ਪਾਉਂਦੀ ਹੈ ਤਾਂ ਅਸੀਂ ਕਾਮਯਾਬ ਹੋਏ ਹਾਂ। ਸੋ ਰੋਟੀ ਪੂਰੀ ਉਮਰ ਖਾਣੀ ਹੈ ਅਤੇ ਪੂਰੀ ਉਮਰ ਕੋਸ਼ਿਸ਼ ਜਾਰੀ ਰੱਖਣੀ ਹੈ। ਮੈਂ ਇੱਕ ਹੋਰ ਚੀਜ਼ ਸ਼ੇਅਰ ਕਰੂੰਗੀ ਕਿ ਪਿਛਲੇ 6 ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ, ਬੁਰੇ ਹਾਲ ਹੋਏ, ਪਰ ਕੁਦਰਤ ਨੇ ਵੀ ਦੇਖਿਆ ਕਿ ਅਸੀਂ ਉਹਨੂੰ ਸਪੋਰਟ ਕਰਨ ਲਈ ਇੱਥੇ ਬੈਠੇ ਹੋਏ ਹਾਂ। ਸੋ 7ਵੇਂ ਦਿਨ ਅੱਜ ਮੌਸਮ ਬਹੁਤ ਸੋਹਣਾ ਹੋ ਗਿਆ। ਸੋ ਨੇਚਰ ਗਿਵਸ ਯੂ ਬੈਕ ਵਾਟ ਯੂ ਆਰ ਐਗਜੈਕਟਲੀ ਗਿਵਿੰਗ ਦੈਮ ਨੇਚਰ। ਹੋਰ ਚੀਜ਼ ਮੈਂ ਇੱਥੇ ਨੋਟ ਕੀਤੀ, ਜਦੋਂ ਇੱਥੇ ਲੋਕ ਲੰਘ ਰਹੇ ਸੀ ਨਾ, ਉਹਨਾਂ ਨੂੰ ਗੱਡੀਆਂ ਪਾਰਕ ਕਰਨ ਲਈ ਛਾਂ ਚਾਹੀਦੀ ਸੀਗੀ। ਹਰ ਬੰਦਾ ਦੇਖ ਰਿਹਾ ਸੀਗਾ ਮੈਨੂੰ ਛਾਂ ਲੱਭੇ, ਪਰ ਕੀ ਆਪਾਂ ਜਦੋਂ ਛਾਂ ਦੀ ਗੱਲ ਕਰਦੇ ਹਾਂ ਅਸੀਂ ਆਪ ਪੇੜ ਲਗਾਉਂਦੇ ਹਾਂ, ਸ਼ਾਇਦ ਨਹੀਂ ਲਗਾਉਂਦੇ। ਅਤੇ ਜੇ ਤੁਸੀਂ ਆਪ ਛਾਂ ਲੱਭ ਰਹੇ ਹੋ ਤਾਂ ਯਾਰ ਦੂਜਾ ਵੀ ਐਕਸਪੈਕਟ ਕਰਦਾ ਮੈਨੂੰ ਛਾਂ ਮਿਲੇ, ਪਰ ਉਹਦੇ ਲਈ ਐਫਰਟ ਆਪ ਨੂੰ ਕਰਨਾ ਪਏਗਾ। ਬਿੰਦਾਸ ਵਿਕਾਸ ਭਾਈ ਕੀ ਹਾਲ ਨੇ? ਬਹੁਤ ਵਧੀਆ, ਬਹੁਤ ਵਧੀਆ ਜੀ। ਤੁਸੀਂ ਦੂਸਰੀ ਆਵਾਜ਼ 'ਚ ਗੱਲ ਕਰਨੀ ਆ, ਬਟ ਤੁਹਾਡੀ ਓਰੀਜਨਲ ਬਹੁਤ ਵਧੀਆ, ਬਹੁਤ ਵਧੀਆ। ਪਰਿਆਵਰਣ ਦੀ ਰੱਖਿਆ ਕਰੋ, ਤੁਮ ਨਹੀਂ ਕਰੋਗੇ ਆ ਨਹੀਂ ਸਕਦਾ, ਔਰ ਹਮ ਕਰਵਾਏਂਗੇ ਯੇ ਹਮ ਕਰਵਾਏਂਗੇ ਹੀ ਕਰਵਾਏਂਗੇ। ਲੋਕ ਵੱਖ ਵੱਖ ਆਉਂਦੇ ਰਹੇ ਤੁਹਾਡੇ ਕੋਲ, ਤੁਹਾਡੇ ਜੋ ਪਹਿਲਾਂ ਸੁਣਦੇ ਸੀਗੇ ਲਿਸਨਰ ਉਹ ਵੀ ਆਉਂਦੇ ਰਹੇ ਹੈ ਨਾ। ਬਟ ਗਰਮੀ ਜਦੋਂ ਤੁਸੀਂ ਸਟੂਡੀਓ 'ਚ ਕਰਦੇ ਕੇ ਏਸੀ ਲੱਗਾ ਹੁੰਦਾ ਸਿਰ 'ਤੇ ਹੈ ਨਾ, ਇੱਥੇ ਗਰਮੀ ਸੀਗੀ ਬੜੀ, ਬੜਾ ਭਰਮਾ ਹੁੰਗਾਰਾ ਗਰਮੀ ਨੇ ਵੀ ਦਿੱਤਾ। ਬਿਲਕੁਲ, ਉਹ ਹੁੰਗਾਰਾ ਕਿਹੋ ਜਿਹਾ ਲੱਗਾ? ਹੁੰਗਾਰਾ ਇਹੋ ਜਿਹਾ ਲੱਗਾ, ਤੁਸੀਂ ਦੇਖ ਸਕਦੇ ਹੋ ਇਨਵਾਇਰਮੈਂਟ ਕਿੰਨੀ ਖੁਸ਼ ਆ, ਪੇੜ ਡਾਂਸ ਕਰ ਰਹੇ ਨੇ, ਮੌਜਾਂ ਮਾਣ ਰਹੇ ਨੇ ਕਿ 7 ਦਿਨ ਆਪਾਂ ਇੱਥੇ ਰਹੇ ਹਾਂ ਔਰ ਮਿਸ਼ਨ ਨੋ ਪੋਲਿਊਸ਼ਨ ਨੂੰ ਸਕਸੈਸਫੁਲ ਬਣਾ ਰਹੇ ਹਾਂ। ਔਰ ਹਰਿਆਵਲ ਪੰਜਾਬ ਸਾਡੇ ਨਾਲ ਆ ਜੀ, ਇਸ ਵੇਲੇ ਪ੍ਰਵਾਜ਼ ਰੰਗਮੰਚ ਦੇ ਆਰਟਿਸਟ ਸਾਡੇ ਕੋਲ ਹੈ ਕਲਮੀਨੇਸ਼ਨ ਕਰਨ ਲਈ, ਇਸ ਵੇਲੇ NRI ਦੀ ਟੀਮ ਸਾਡੇ ਕੋਲ ਹੈ, ਇਸ ਤੋਂ ਵੱਡਾ ਹੁੰਗਾਰਾ, ਇਸ ਤੋਂ ਵੱਡੀ ਅਚੀਵਮੈਂਟ ਕੀ ਹੋ ਸਕਦੀ ਹੈ? ਸੋ ਸਾਰਿਆਂ ਲਈ ਇੱਕ ਵਾਰੀ ਕਲੈਪਿੰਗ ਹੋਣੀ ਚਾਹੀਦੀ ਹੈ ਜੀ। ਔਰ ਅਸੀਂ ਹੁਣੇ ਇੱਥੇ ਪਲਾਂਟੇਸ਼ਨ ਕਰਾਂਗੇ ਹਰਿਆਵਲ ਪੰਜਾਬ ਦੇ ਨਾਲ ਮਿਲ ਕੇ, NRI ਦੀ ਟੀਮ ਨਾਲ ਮਿਲ ਕੇ, ਔਰ ਨਾਲ ਦੇ ਨਾਲ ਇੱਥੇ ਹੁਣੇ ਪਲੇਅ ਵੀ ਹੋਏਗਾ ਜੋ ਆਪਣਾ ਪ੍ਰਵਾਜ਼ ਰੰਗਮੰਚ ਕਰੇਗਾ। ਮੈਂ ਇਹੀ ਕਹਿਣਾ ਚਾਹਾਂਗਾ ਕਿ ਛੋਟੀਆਂ ਛੋਟੀਆਂ ਗੱਲਾਂ 6-7 ਦਿਨਾਂ ਵਿੱਚ ਸ਼ੇਅਰ ਹੋਈਆਂ, ਜੇ ਆਪਾਂ ਉਹ ਕਰੀਏ ਨਾ ਆਪਾਂ ਪਰਿਆਵਰਣ ਨੂੰ ਬਚਾ ਸਕਦੇ ਹਾਂ। ਪੇੜ ਲਗਾਉਣਾ, ਜ਼ਿਆਦਾ ਗੱਡੀਆਂ ਯੂਜ਼ ਨਾ ਕਰਨਾ, ਠੀਕ ਹੈ ਜੀ, ਪਾਣੀ ਨੂੰ ਸੇਵ ਕਰਨਾ, ਇਸ ਵੇਲੇ ਮੀਂਹ ਦਾ ਮੌਸਮ ਹੈ, ਵਾਟਰ ਹਾਰਵੈਸਟਿੰਗ ਦਾ ਕੰਮ ਹੋ ਸਕਦਾ ਅਤੇ ਪਾਣੀ ਨੂੰ ਆਪਾਂ ਸੇਵ ਕਰ ਸਕਦੇ ਹਾਂ। ਸੋ ਇਹ ਛੋਟੀ ਛੋਟੀ ਚੀਜ਼ਾਂ ਕਰਕੇ ਆਪਾਂ ਪਰਿਆਵਰਣ ਨੂੰ ਬਚਾ ਸਕਦੇ ਹਾਂ। ਥੈਂਕ ਯੂ ਸੋ ਮੱਚ ਸਾਰੇ ਜਲੰਧਰ ਦਾ, ਥੈਂਕ ਯੂ ਸੋ ਮੱਚ NRI ਦੀ ਟੀਮ ਦਾ। ਕੋਈ ਐਸੀ ਮੂਮੈਂਟ ਸੀਗੀ ਜਿਹੜੀ 7 ਦਿਨਾਂ ਦੇ ਵਿੱਚ ਕਾਫੀ ਬੈਸਟ ਲੱਗੀ ਕਿ ਆਹ ਯਾਰ ਕੁਛ ਅਲੱਗ ਹੀ ਹੋ ਗਿਆ ਸਾਡੇ ਨਾਲ? ਬਹੁਤ ਸਾਰੀਆਂ ਮੂਮੈਂਟ ਸੀਗੀਆਂ, ਸਵੇਰੇ ਆਉਣਾ ਨੋਰਮਲੀ ਸਟੂਡੀਓ 'ਚ ਬਹਿ ਕੇ ਕੰਫਰਟ ਲੈਵਲ, ਆਈ ਥਿੰਕ ਉਹ ਮੂਮੈਂਟਸ ਅਮੇਜ਼ਿੰਗ ਦੇ ਨਾਲ ਨਾਲ ਲਰਨਿੰਗ ਬਹੁਤ ਸੀ।
ਕਿ ਇਹ ਰਿਐਲਿਟੀ ਹੈ ਅਸੀਂ ਜੋ ਨੇਚਰ ਨੂੰ ਦੇ ਰਹੇ ਹਾਂ ਨੇਚਰ ਉਹ ਸਾਨੂੰ ਦੇ ਰਹੀ ਹੈ ਐਂਡ ਇਨਫੈਕਟ ਜਿਹੜੇ ਅਸੀਂ ਐਡਮੈਨ ਜਾਂ ਐਨ ਜੀ ਓਜ਼ ਵੱਖਰੇ ਵੱਖਰੇ ਅਦਾਇਰੇ ਜੁੜੇ ਸਾਡੇ ਨਾਲ ਉਹਨਾਂ ਨੇ ਆਉਂਦੀ ਹਾਏ ਤੁਸੀਂ ਏ ਸੀ ਨਹੀਂ ਲਵਾਇਆ ਏ ਸੀ ਨਹੀਂ ਲਵਾਇਆ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਨੌਕ ਦਿੱਤਾ ਕਿ ਹੈਲੋ ਏ ਸੀ ਤੋਂ ਬਿਨਾਂ ਵੀ ਜ਼ਿੰਦਗੀ ਹੈ ਔਰ ਸਾਨੂੰ ਪਰਿਆਵਰਨ ਦੇ ਪ੍ਰਤੀ ਹੋਰ ਸਿੰਸੈਰਿਟੀ ਸ਼ੋਅ ਕਰਨੀ ਚਾਹੀਦੀ ਹੈ ਔਰ ਮੋਰਓਵਰ ਆਪਾਂ ਨੂੰ ਇੱਕ ਹੋਰ ਚੀਜ਼ ਇਹ ਦੇਖਣ ਨੂੰ ਮਿਲੀ ਜਦੋਂ ਆਪਾਂ ਉੱਪਰ ਬਹਿ ਕੇ ਸ਼ੋਅ ਕਰਦੇ ਸੀਗੇ ਆਪਾਂ ਪੂਰਾ ਇੱਥੋਂ ਐਂਬੀਅੰਸ ਨੋਟ ਕਰਦੇ ਸੀਗੇ ਆਪਾਂ ਬੇਵਜ੍ਹਾ ਹੌਰਨ ਵੀ ਵਜਾਏ ਇੱਥੇ ਜਿੰਨੇ ਲੋਕ ਲੰਘ ਰਹੇ ਸੀ ਮੈਂ ਦੇਖਿਆ ਸੜਕ ਖਾਲੀ ਹੈ ਫਿਰ ਵੀ ਆਪਾਂ ਹੌਰਨ ਵਜਾ ਕੇ ਲੰਘ ਰਹੇ ਹਾਂ ਕਿਤੇ ਨਾ ਕਿਤੇ ਉਹ ਵੀ ਨੋਇਸ ਪੋਲਿਊਸ਼ਨ ਹੋ ਰਹੀ ਹੈ ਔਰ ਬੈਸਟ ਮੂਮੈਂਟਸ ਉਹ ਵੀ ਆਉਂਦਾ ਜਦੋਂ ਆਪਾਂ ਉੱਥੇ ਬਹਿ ਕੇ ਪਸੀਨਾ ਸਾਫ਼ ਕਰ ਰਹੇ ਸੀਗੇ ਲੋਕ ਦੇਖ ਰਹੇ ਹੋਣੇ ਆ ਕਿ ਭਾਈ ਇਹ ਪਸੀਨਾ ਸਾਫ਼ ਕਰ ਰਹੇ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਪਰ ਅੰਦਰ ਖਾਤੇ ਸੋਚਦੇ ਵੀ ਹੋਣੇ ਆ ਕਿ ਯਾਰ ਇਹਨਾਂ ਨੇ ਨੋ ਪੋਲਿਊਸ਼ਨ ਲਿਖਿਆ ਮਿਸ਼ਨ ਹੈ ਤਾਂ ਇਹ ਡੈਫੀਨੇਟਲੀ ਕੁਝ ਅੱਛਾ ਹੀ ਕਰ ਰਹੇ ਹੋਣਗੇ ਅਤੇ ਇੱਦਾਂ ਦੇ ਮੂਮੈਂਟਸ ਨੇ ਜਿਹੜੇ ਹੁਣ ਵੀ ਅੱਜ ਵੀ ਆਪਾਂ ਜਦੋਂ ਗੱਲਾਂ ਕਰਦੇ ਹਾਂ ਪਿਛਲੇ ਜੋ 6 ਦਿਨਾਂ 'ਚ ਹੋਇਆ ਉਹਨੂੰ ਵਿਜੁਅਲਾਈਜ਼ ਕਰਦੇ ਹਾਂ ਯਾਦ ਆਉਂਦਾ ਕਿ ਯਾਰ ਪਹਿਲੇ ਦਿਨ ਆਏ ਪੂਰਾ ਐਂਬੀਅੰਸ ਦੇਖਿਆ ਆਪਣੇ ਆਪ ਦੇ ਵਿੱਚ ਵੱਖਰਾ ਮਾਹੌਲ ਸੀਗਾ ਇਹ ਮੂਮੈਂਟਸ ਯਾਦ ਰਹਿਣਗੇ ਔਰ ਮੋਰਓਵਰ ਉਦੋਂ ਜ਼ਿਆਦਾ ਮਜ਼ਾ ਆਏਗਾ ਜਦੋਂ ਸਾਡੇ ਵੱਲੋਂ ਜਿਹੜਾ ਅਵੇਅਰਨੈਸ ਕੈਂਪੇਨ ਸ਼ੁਰੂ ਕੀਤਾ ਗਿਆ ਇਕੱਲਾ ਇਕੱਲਾ ਬੰਦਾ ਕਿਤੇ ਨਾ ਕਿਤੇ ਜਾ ਕੇ ਯਾਰ ਇੱਕ ਰੁੱਖ ਲਗਾਏਗਾ ਦੇਖ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਹੋਊਗਾ ਨਹੀਂ ਯਾਰ ਕਿਤੇ ਅਸੀਂ ਵੀ ਗਲਤ ਕਰਦੇ ਪਏ ਹਾਂ ਨਾ ਉਹਦਾ ਕਾਰਨ ਪਤਾ ਕੀ ਉਹਦਾ ਕਾਰਨ ਇਹੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਇੱਥੋਂ ਨਿਕਲਦੇ ਹਾਂ ਆਪਾਂ ਪਸੀਨਾ ਸਾਫ਼ ਕਰਕੇ ਪੇੜ ਥੱਲੇ ਆਉਣਾ ਚਾਹੁੰਦੇ ਹਾਂ ਪਰ ਆਪਾਂ ਰੁੱਖ ਨਹੀਂ ਲਗਾਇਆ ਹੁੰਦਾ ਫਿਰ ਆਪਾਂ ਸੋਚਦੇ ਜ਼ਰੂਰ ਹਾਂ ਯਾਰ ਕਿਸੇ ਨੇ ਵੀ ਪੇੜ ਲਗਾਇਆ ਜੋ ਅੱਜ ਸਾਨੂੰ ਛਾਂ ਦੇ ਰਿਹਾ ਇੱਦਾਂ ਹੀ ਜਦੋਂ ਤੁਸੀਂ ਪੇੜ ਲਗਾਓਗੇ ਕਿਸੇ ਹੋਰ ਨੂੰ ਛਾਂ ਦੇਗਾ ਅਤੇ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਸਰ ਤੁਸੀਂ ਇੱਕ ਰੁੱਖ ਸੋ ਸੁੱਖ ਇਹੀ ਕਹਿਣਾ ਚਾਹਾਂਗੇ ਇੱਕ ਇੱਕ ਰੁੱਖ ਲਗਾ ਲਓ ਜੀ ਸਾਰਿਆਂ ਨੂੰ ਸੁੱਖ ਮਿਲੇਗਾ ਔਰ ਮਿਸ਼ਨ ਨੋ ਪੋਲਿਊਸ਼ਨ ਜਿਹੜਾ ਕਾਮਯਾਬ ਹੋ ਜਾਏਗਾ ਬਸ ਇਹੀ ਬੇਨਤੀ ਹੈ ਬਾਕੀ ਜੀ ਥੈਂਕ ਯੂ ਸੋ ਮਚ ਥੈਂਕ ਯੂ ਜਦੋਂ ਰੇਡੀਓ ਇਨੀਸ਼ੀਏਟਿਵ ਕਰ ਰਿਹਾ ਸੀਗਾ ਤਾਂ ਜਦੋਂ ਮੈਂ ਤੁਹਾਡੀ ਪੋਸਟਾਂ ਦੇਖੀਆਂ ਮੈਨੂੰ ਸੀਗਾ ਕਿ ਨਹੀਂ ਸਾਨੂੰ ਵੀ ਇਸ ਇਨੀਸ਼ੀਏਟਿਵ 'ਚ ਯੋਗਦਾਨ ਦੇਣਾ ਜਿਹੜੇ ਤਾਂ ਮੈਂ ਤੁਹਾਨੂੰ ਕਿਹਾ ਚਲੋ ਤੁਹਾਡਾ ਵੀ ਮੈਨੂੰ ਕਾਲ ਆਇਆ ਬਟ ਬੜਾ ਅੱਛਾ ਲੱਗਿਆ ਹੁਣ ਆਪਾਂ ਪੇੜ ਲਗਾਉਣੀ ਹੈ ਜੀ ਬਿਲਕੁਲ ਜੀ ਪੇੜ ਲਗਾਵਾਂਗੇ ਹਰਿਆਵਲ ਪੰਜਾਬ ਦੀ ਟੀਮ ਸਾਡੇ ਕੋਲ ਆਈ ਹੋਈ ਹੈ ਉਸ ਤੋਂ ਪਹਿਲਾਂ ਆਪਾਂ ਇੱਕ ਨੁੱਕੜ ਨਾਟਕ ਦੇਖਾਂਗੇ ਜੋ ਕਿ ਆਪਣੇ ਪਰਵਾਜ਼ ਰੰਗਮੰਚ ਲੈ ਕੇ ਆਏ ਨੇ ਫਗਵਾੜਾ ਤੋਂ ਹਾਂਜੀ ਲਓ ਪੇਸ਼ ਕਰਨ ਲੱਗੇ ਆ ਨਾਟਕ ਸੁਲਗਦੀਪ ਧਰਤੀ ਅੱਜ ਮੈਨੂੰ ਸਿੱਧਾ ਚਾਚਾ ਬਹੁਤ ਯਾਦ ਆ ਰਿਹਾ ਹਸਪਤਾਲ ਦੀਆਂ ਪੌੜੀਆਂ ਦੇ ਵਿੱਚ ਮੱਥੇ ਤੇ ਹੱਥ ਰੱਖ ਕੇ ਬੈਠਾ ਮੈਂ ਆਪਣੇ ਕਰਮਾਂ ਨੂੰ ਰੋ ਰਿਹਾ ਕਰਮਾਂ ਤੋਂ ਮਤਲਬ ਤਕਦੀਰ ਨਹੀਂ ਕਰਮਾਂ ਤੋਂ ਮਤਲਬ ਉਹ ਕਰਮ ਜੋ ਹੁਣ ਤੱਕ ਮੈਂ ਆਪਣੇ ਇਹਨਾਂ ਹੱਥਾਂ ਨਾਲ ਕਰਦਾ ਆਇਆ ਸੀ ਇਹ ਉਹਨਾਂ ਕਰਮਾਂ ਦਾ ਹੀ ਫਲ ਹੈ ਕਿ ਅੱਜ ਮੈਂ ਹਸਪਤਾਲ ਵਿੱਚ ਹਾਂ ਤੇ ਸਿੱਧਾ ਚਾਚਾ ਤੇ ਸਿੱਧਾ ਚਾਚਾ ਮੈਨੂੰ ਵਾਰ ਵਾਰ ਯਾਦ ਆ ਰਿਹਾ ਪਿੰਡ ਦੀਆਂ ਗਲੀਆਂ ਦੇ ਵਿੱਚ ਪਾਗਲਾਵਾਂ ਘੁੰਮਦਾ ਕਦੇ ਇੱਧਰ ਕਦੇ ਉੱਧਰ ਉੱਚੀ ਉੱਚੀ ਬੋਲਿਆ ਕਰਦਾ ਸੀ ਉਹ ਲੋਕੋ ਉਹ ਸ਼ਰਾਬ ਨਾ ਪੀਓ ਲੋਕੋ ਸ਼ਰਾਬ ਨਾ ਪੀਓ ਉਹ ਲੋਕੋ ਰੁੱਖ ਲਾਓ ਰੁੱਖ ਸ਼ਰਾਬ ਘਰਾਂ ਨੂੰ ਉਜਾੜਦੀ ਆ ਜਿਹੜੇ ਰੁੱਖ ਆ ਧਰਤੀ ਨੂੰ ਸਵਾਰਦੇ ਲੋਕੋ ਸ਼ਰਾਬ ਨਾ ਪੀਓ ਲੋਕੋ ਤੁਸੀਂ ਸੋਚ ਰਹੇ ਹੋਵੋਗੇ ਮੈਂ ਕੌਣ ਆ ਤੇ ਕੀ ਕਰ ਰਿਹਾ ਇਸ ਦੀ ਵੀ ਕਹਾਣੀ ਹੈ ਆਓ ਮੈਂ ਤੁਹਾਨੂੰ ਇਸ ਦੀ ਕਹਾਣੀ ਸੁਣਾਉਂਦਾ ਸੁਣੋ ਕਹਾਣੀ ਸਾਹਾਂ ਦੀ ਸਿਵਿਆਂ ਵੱਲੂ ਜਾਂਦੇ ਰਾਹਾਂ ਦੀ ਮੇਰੇ ਦੇਸ਼ ਦੇ ਡੁੱਬਦੇ ਸਾਹਾਂ ਦੀ ਸੁਣੋ ਕਹਾਣੀ ਸੁਣੋ ਕਹਾਣੀ ਅਸਲ ਵਿੱਚ ਮੇਰਾ ਨਾਮ ਗੁਰਮੇਲ ਸਿੰਘ ਹੈ ਤੇ ਮੇਰਾ ਜਨਮ ਇੱਕ ਕਿਸਾਨ ਪੰਜਾਬ ਸਿੰਘ ਦੇ ਘਰ ਹੋਇਆ ਮੇਰਾ ਇੱਕ ਛੋਟਾ ਭਰਾ ਵੀ ਆ ਲਾਲੀ ਘਰਦਿਆਂ ਨੇ ਬੜੇ ਚਾਅ ਦੇ ਨਾਲ ਉਹਦਾ ਨਾਂ ਰੱਖਿਆ ਸੀ ਲਾਲੀ ਤੇ ਮੇਰੀ ਇੱਕ ਮਾਂ ਵੀ ਹੈ ਮਾਂ ਤਾਂ ਕਦੋਂ ਵੀ ਚੱਲ ਵਸੀ ਸਾਡੇ ਦੋਵਾਂ ਭਰਾਵਾਂ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਹੋਰ ਉਹ ਕਰਦੀ ਵੀ ਕੀ ਵਿਚਾਰੀ ਅਸੀਂ ਉਹਨੂੰ ਕੋਈ ਸੁੱਖ ਵੀ ਤਾਂ ਨਹੀਂ ਸੀ ਦਿੰਦਾ ਜਵਾਨੀ ਵਿੱਚ ਪੈਰ ਰੱਖ ਜਾਈ ਮੇਰੇ ਪੈਰ ਲੜਫੜਾ ਗਏ ਮੈਂ ਘਰੋਂ ਸਕੂਲ ਜਾਣਾ ਤੇ ਸਕੂਲੋਂ ਭੱਜ ਕੇ ਪਿੰਡ ਦੇ ਜਾਣਾ ਉੱਗੇ ਹੋਏ ਸਿਵਿਆਂ ਦੇ ਵਿੱਚ ਬੈਠ ਜਾਣਾ ਤੇ ਉੱਥੇ ਉੱਗੀ ਹੋਈ ਭੰਗ ਦੀ ਬੂਟੀ ਨੂੰ ਮਲਣਾ ਤੇ ਸਿੱਕਾਂ ਦੇ ਵਿੱਚ ਭਰ ਕੇ ਲੰਬੇ ਲੰਬੇ ਸੂਟੇ ਖਿੱਚਣੇ ਜਦੋਂ ਸਿਗਰਟ ਦਾ ਧੂਆਂ ਮੇਰੀ ਨਾੜ ਨਾੜ ਵਿੱਚ ਸਮਾ ਜਾਂਦਾ ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਸੁਰਖ ਦੁਨੀਆ ਤੇ ਹੋਰ ਕਿਧਰੇ ਹੋ ਹੀ ਨਹੀਂ ਸਕਦਾ ਪਰ ਮੈਂ ਭੁੱਲ ਜਾਂਦਾ ਸੀ ਜਿਹੜਾ ਸਿਵੇ 'ਚ ਬੈਠ ਕੇ ਮੈਂ ਸੁਰਗਾਂ ਦੇ ਝੂਟੇ ਲੈ ਰਿਹਾ ਇੱਕ ਦਿਨ ਇਹ ਸਿਵੇ ਮੇਰੇ ਲਈ ਨਰਕ ਦਾ ਦੁਆਰ ਬਣ ਜਾਣਗੇ ਸਾਰਾ ਸਾਰਾ ਦਿਨ ਸਿੱਕਾਂ ਪੀਣੀਆਂ ਤੇ ਸ਼ਾਮ ਨੂੰ ਘਰ ਦੀ ਗੱਡੀ ਦਾ ਦੌਰ ਸੁਣੀ ਜਾਂਦਾ ਸੀ ਤੇ ਪਿੰਡ ਦੀਆਂ ਗਲੀਆਂ ਦੇ ਵਿੱਚ ਅਵਾਰਾ ਘੁੰਮਣਾ ਤੇ ਜੜੇ ਖੜੇ ਨਾਲ ਲੜਾਈ ਮੁੱਲ ਲੈਣੀ ਲੋਕਾਂ ਦੀਆਂ ਲਾਏ ਹੋਏ ਬੂਟੇ ਪੱਟ ਕੇ ਸੁੱਟ ਦੇਣੇ ਜੇ ਕੋਈ ਬੂਟਾ ਫਲਦਾਰ ਹੋਵੇ ਤਾਂ ਉਹਦੇ ਫਲ ਲਾ ਕੇ ਮੈਂ ਮੰਡੀ 'ਚ ਵੇਚ ਕੇ ਨਸ਼ੇ ਤੇ ਲਾ ਛੱਡਣੇ ਤੇ ਉੱਧਰ ਰੋਜ਼ ਸਾਡੇ ਘਰੇ ਨਵੇਂ ਨਵੇਂ ਅੜਾਂਦੇ ਆਉਣੇ ਸ਼ੁਰੂ ਹੋ ਗਏ ਨਹੀਂ ਤੇਰੇ ਕੁਛ ਲੱਗਦੇ ਨੇ ਆ ਮੇਰੇ ਜਵਾਗ ਦਾ ਸਿਰ ਪਾੜਦਾ ਹੀ ਐਡਾ ਟਲਾ ਮਾਰ ਕੇ ਆ ਨਾਲੇ ਸਾਰਾ ਹਰਿਆ ਭਰਿਆ ਬਗੀਚਾ ਉਜਾੜ ਗਿਆ ਮੇਰਾ ਘਰ ਵਾਲਾ ਤਾਂ ਚੱਲਿਆ ਸੀ ਆ ਥਾਣੇ ਰਪੜ ਲਿਖਾਉਣ ਆ ਮੈਂ ਹੀ ਰੋਕਤਾ ਇਹ ਗਵਾਂਡ ਆ ਮੂੰਹ ਮੱਥਾ ਲੱਗਦਾ ਕਹੀ ਕਲੈਣੀ ਲਾ ਜੰਮੀ ਇਹਨਾਂ ਨੇ ਬੇਬੇ ਰੋਜ਼ ਰੋਜ਼ ਦੇ ਕਾਨਿਆਂ ਮੇਰੇ ਤੋਂ ਤੰਗ ਆ ਜਾਂਦੀ ਤੜ ਫੁੱਟਦੀ ਕੁਰਲਾ ਉੱਠਦੀ ਤੇ ਮੈਨੂੰ ਆਖਦੀ ਵੇ ਕੰਜਰਾ ਵੇ ਕੰਜਰਾ ਸਾਡੇ ਸਾਡਾ ਮਨ ਕੀਤਾ ਸਾਰੇ ਪਿੰਡ 'ਚ ਕਿਸੇ ਨੇ ਹੋਏ ਨਹੀਂ ਸੀ ਆਖੀ ਤੇਰੇ ਬਾਪੂ ਨੂੰ ਤੇ ਤੂੰ ਨਿਤ ਨਵੇਂ ਲਾਮੇ ਲੈ ਕੇ ਆਉਂਦਾ ਤੇਰਾ ਬਾਪੂ ਕਹਿੰਦਾ ਰਾਤ ਮਿਹਨਤ ਕਰਦਾ ਕਿ ਤੂੰ ਮੈਨੂੰ ਪੜ ਜਾਵੇ ਤੋਰ ਮੈਂ ਸਿੱਖ ਜਾਵੇ
ਬੇਬੇ ਜੀ ਇਹਨਾਂ ਗੱਲਾਂ ਦਾ ਕੋਈ ਬਹੁਤਾ ਅਸਰ ਨਹੀਂ ਸੁਣਦਾ। ਮੈਂ ਸੋਚਦਾ ਸੀ ਪੜ੍ਹ ਲਿਖ ਕੇ ਕੀ ਲੈਣਾ, ਬਸ ਆਹੀ ਜ਼ਿੰਦਗੀ ਆ, ਸਾਰਾ ਸਾਰਾ ਦਿਨ ਸਿਗਰਟਾਂ ਪੀਣੀਆਂ, ਸ਼ਰਾਬ ਪੀਣੀ। ਸਾਡਾ ਸੀਰੀ ਹੁੰਦਾ ਸੀ, ਭਿੰਦੀ ਨਾਂ ਸੀ ਉਹਦਾ, ਦਾਰੂ ਬਹੁਤ ਵਧੀਆ ਖੜਦਾ ਹੁੰਦਾ ਸੀ। ਭਿੰਦੀ ਦਾ ਇੱਕ ਸੁਪਨਾ ਸੀ ਕਿ ਉਹ ਭਲਵਾਨ ਵੜੇ ਅਤੇ ਆਪਣੇ ਏਰੀਏ ਦਾ ਨਾਂ ਸਾਰੀ ਦੁਨੀਆ ਵਿੱਚ ਚਮਕਾਵੇ, ਪਰ ਭਿੰਦੀ ਦੇ ਘਰ ਦੀਆਂ ਮਜ਼ਬੂਰੀਆਂ ਦੇ ਹੇਠ ਉਹਦੇ ਭਲਵਾਨ ਬਣਨ ਦਾ ਸੁਪਨਾ ਦੱਬ ਕੇ ਰਹਿ ਗਿਆ। ਹੁਣ ਜਦੋਂ ਕਿਤੇ ਭਿੰਦੀ ਨਸ਼ੇ ਦੀ ਲੋਰ ਵਿੱਚ ਹੁੰਦਾ ਤਾਂ ਆਪਣੇ ਭਲਵਾਨ ਨਾ ਬਣਨ ਦਾ ਦਰਦ ਮੈਨੂੰ ਇੰਜ ਦੱਸਦਾ। ਛੋਟੇ ਵੀ ਮੈਂ ਵੀ ਭਲਵਾਨ ਬਣਨਾ ਚਾਹੁੰਦਾ ਸੀ, ਮੈਂ ਵੀ ਆਪਣੇ ਇਲਾਕੇ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਨਾ ਚਾਹੁੰਦਾ ਸੀ, ਘਰ ਦੀਆਂ ਮਜ਼ਬੂਰੀਆਂ ਨੇ ਮੈਨੂੰ ਦੱਬ ਲਿਆ। ਬਾਪੂ ਜਿਨ੍ਹਾਂ ਦੇ ਕੰਮ ਕਰਦਾ ਸੀ, ਬਾਪੂ ਦੇ ਮਰਨ ਤੋਂ ਬਾਅਦ ਪਤਾ ਲੱਗਾ ਕਿ ਬਾਪੂ ਨੇ ਉਹਨਾਂ ਤੋਂ ਕਰਜ਼ਾ ਲਿਆ ਹੋਇਆ ਸੀ, ਉਹ ਕਰਜ਼ਾ ਲਾਉਣ ਦੇ ਲਈ ਮੈਨੂੰ ਵੀ ਉੱਥੇ ਕੰਮ ਕਰਨਾ ਪਿਆ। ਉਹਨਾਂ ਨੇ ਮੇਰੇ ਤੋਂ ਕੰਮ ਵੱਧ ਲੈਣ ਲਈ ਮੈਨੂੰ ਭੋਰਾ ਭੋਰਾ ਫੀਮ ਦੇਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਹ ਫੀਮ ਮੇਰੇ ਹੱਡਾਂ ਦੇ ਵਿੱਚ ਰਚ ਗਈ। ਸਰਦਾਰ ਹਰੀ ਨਾ, ਸਰਦਾਰ ਹਰੀ ਦਾਰੂ ਪੀਣ ਦੇ ਬਹੁਤ ਸ਼ੌਕੀਨ ਸੀ। ਸਾਰਾ ਸਾਰਾ ਦਿਨ ਮੈਨੂੰ ਦਾਰੂ ਦੀ ਭੱਠੀ ਦੇ ਮੋਹਰੇ ਬਿਠਾ ਕੇ ਰੱਖਦੇ ਸੀ। ਛੋਟੇ ਵੀਰ, ਮੈਂ ਆਪਣੇ ਹੱਥਾਂ ਦੇ ਨਾਲ ਆਪਣੇ ਪਰਿਵਾਰ ਬਣਨ ਦਾ ਸੁਪਨਾ ਦਾਰੂ ਦੀ ਭੱਠੀ ਦੇ ਵਿੱਚ ਚੋਕ ਦਿੱਤਾ, ਦਾਰੂ ਦੀ ਭੱਠੀ ਦੇ ਵਿੱਚ ਚੋਕ ਦਿੱਤਾ।